ਲਾਓ ਗੋਡੇ ਨਾ ਲੱਗ ਗਿਆ ਲਾਓ 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 ਮੱਥਾ ਲਾਓ ਮੱਥਾ ਗੋਡੇ ਲਾਓ ਗੋਡੇ ਨਹੀਂ ਤਾਂ ਚੁੱਕਣੇ ਇਹ ਨਹੀਂ ਕਰਨਾ ਲਾਓ ਲਾਓ ਕਈ ਜਗ੍ਹਾ ਘੁੱਟ ਕੇ ਬੈਠੀਆਂ ਠੰਡ ਲੱਗਣ ਡਈ ਹੁੰਦੀ ਇਹ ਸ਼ਰਮ ਨਹੀਂ ਆ ਇਹ ਤੁਹਾਡੂ ਨਾ ਕਰੋਗੇ ਨਾ ਤੇ ਮੁੜ ਕੇ ਨਹੀਂ ਹੱਥ ਸਮਾ ਆਉਣਾ ਤੇ ਮੁੜ ਕੇ ਹਾਈਟ ਨਹੀਂ ਵਧਣੀ ਇਹਨਾਂ ਗੇ ਚੌਥਾ ਚੱਕਰ ਆਸਣ ਜਿਹੜਾ ਕਰਨ ਨਾਲ ਇਹ ਲਵਣੀ ਲਾਉਣ ਦੀ ਲੋੜ ਪੈਣੀ ਸਹੀ ਗੱਲ ਆ ਝੁਰੀਆਂ ਪੈਣੀਆਂ ਨਹੀਂ ਚਿਹਰਾ ਚਮਕਣਾ ਵੇਖੋ ਮੇਰਾ ਮੂੰਹ ਹੁਣੇ ਲਾਲ ਹੋ ਜਾਣਾ ਬਿਨਾਂ ਕਰੀਮ ਲਾਇਆ ਵੀ ਕਿੰਨਾ ਵਧੀਆ ਸੌਖਾ ਤਰੀਕਾ ਨੀ ਨਾ ਕਰੀਮ ਲਾਉਣੀ ਪਵੇ ਨਾ ਤੇਲ ਲਾਉਣਾ ਪਵੇ ਤੇ ਲਚਕ ਸਰੀਰ ਚ ਵੱਖਰੀ ਦੇਖੋਗੇ ਅੱਖਾਂ ਵੀ ਲਾਲ ਹੋ ਗਈਆਂ ਅੱਖਾਂ 'ਚ ਚਸ਼ਮਾ ਨਹੀਂ ਲੱਗਣਾ ਤੇ ਚਿਹਰੇ 'ਤੇ ਗਲੋ ਰਹਿਣੀ ਕਿੱਡਾ ਸੌਖਾ ਤਰੀਕਾ ਇਹ ਨਾ ਸਿਰ 'ਚ ਡੈਂਡਰਫ ਪੈਣੀ ਆ ਜੇ ਉਹ ਖਿਚਾਓ ਪੈਦਾ ਹੋਇਆ ਨਾ ਸਿਰ 'ਚ ਆਟੋਮੈਟਿਕ ਡੈਂਡਰਫ ਨਹੀਂ ਪੈਣੀ ਸਿਕਰੀ ਨਹੀਂ ਪੈਣੀ ਠੀਕ ਆ ਇੱਕ ਨਾ ਫੇਰ ਕਰੋ ਦੇਖੋ ਧਿਆਨ ਨਾਲ ਕਿੱਦਾਂ ਕੀਤਾ ਜਦੋਂ ਆਪਾਂ ਯੋਗ ਲਈ ਬੱਚੇ ਅਸੀਂ ਸਿਲੈਕਟ ਕਰਦੇ ਹਾਂ ਨਾ ਜਿਹੜੇ ਕੋਈ ਆਸਣ ਹੁੰਦਾ ਉਹਨੂੰ ਸਿਲੈਕਟ ਕਰੀਦਾ ਵੀਰ ਬਾਵੇਂ ਜਾਨ ਹੈਗੀ ਆਪਣਾ ਭਾਰ ਚੁੱਕਣ ਜੋਗੀ ਘਰ ਕਰਕੇ ਵੇਖਿਓ ਆਪੇ ਲੱਗ ਜਾਏਗਾ ਪਤਾ ਆਪਾਂ ਕਿੰਨੇ ਕੁ ਪਾਣੀ 'ਚ ਆਪਾਂ ਕੋਈ ਵੀ ਕਰ ਲਏਗਾ ਨਾ ਇੱਦਾਂ ਚੁੱਕਣਾ ਪਿਆ ਨਾ ਸਰੀਰ ਨੂੰ ਫਿਰ ਲੱਗਦਾ ਪਤਾ ਅਤੇ ਆਪਣੀ ਬੋਡੀ ਦੇ